ਸਤਿਕਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੇ ਚਰਨਾਂ 'ਚ ਝੁਕਾ ਕੇ ਸੀਸ ਦੋਵੇਂ ਹੱਥ ਜੋੜ ਕੇ ਗੁਰੂ ਦੀ ਅਸੀਸ ਪ੍ਰਾਪਤ ਕਰੀਏ। ਪਿਆਰ ਵਿੱਚ ਸਾਰੀ ਸੰਗਤ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਬੜਾ ਸ਼ੋਕਮਈ ਸਮਾਂ ਹੈ ਜਦ ਸਾਡੇ ਬਹੁਤ ਹੀ ਪਿਆਰ ਭਰੀ ਰੂਹ ਜੋ ਭਾਈ ਰਘਵੀਰ ਸਿੰਘ ਜੀ ਗੁਰੂ ਕੀ ਸੰਗਤ ਅਚਨਚੇਤ ਅਚਾਨਕ ਕੁਝ ਦਿਨ ਪਹਿਲਾਂ ਮਾਲਕ ਦੇ ਚਰਨਾਂ 'ਚ ਜਾ ਬਰਾਜੇ। ਜਿਵੇਂ ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਦਰਿਆ ਵੈ ਕੰਨੈ ਬਗਲਾ ਬੈਠਾ ਕੇਲ ਕਰੇ, ਕੇਲ ਕਰਿੰਦੇ ਹੰਜ ਨੂੰ ਅਚਿੰਤੇ ਬਾਜ ਪਏ। ਬਾਜ ਪਏ ਤੇ ਸਰਬ ਦੇ ਕੇਲਾਂ ਵਿਸਰੀਆਂ, ਜੋ ਮਨ ਚਿੱਤ ਨਾ ਚੇਤੇ ਸਨ ਸੋ ਗਾਲੀ ਰੱਬ ਗਿਆ। ਬਾਬਾ ਜੀ ਦਾ ਇੱਕ ਇੱਕ ਵਚਨ ਜਿਹੜਾ ਹੈ ਬਾਣੀ ਦਾ ਬਿਲਕੁਲ ਸੱਚ ਏ। ਬੰਦਾ ਕੁਝ ਸੋਚਦਾ ਏ, ਵਿਚਾਰਦਾ ਕੁਝ ਏ, ਹੋ ਕੁਝ ਹੋਰ ਜਾਂਦਾ ਏ, ਪਰੰਤੂ ਉਸਦੇ ਹੁਕਮ ਤੋਂ ਬਗੈਰ ਪੱਤਾ ਨਹੀਂ ਝੂਲਦਾ। ਹੁੰਦਾ ਉਹੀ ਏ ਜੋ ਮਾਲਕ ਨੂੰ ਚੰਗਾ ਲੱਗਦਾ ਏ। ਗੁਰੂ ਕੀ ਸਾਧ ਸੰਗਤ ਬਹੁਤ ਹੀ ਪਿਆਰ ਭਰੀ ਰੂਹ ਸੀ। ਗੁਰੂ ਕੀ ਸਾਧ ਸੰਗਤ ਕੁਝ ਦਿਨ ਪਹਿਲਾਂ ਗੁਰਦੁਆਰਾ ਸਾਹਿਬ ਪਰਸੋਂ ਚੋਂ ਸੇਵਾ ਚੱਲ ਰਹੀ ਸੀ ਗੁਰੂ ਕੀ ਸੰਗਤ, ਅਤੇ ਇੱਕ ਸਿੰਘ ਕਹਿੰਦਾ ਹੈ ਜਿਸ ਦਿਨ ਦਾ ਵੀਰ ਚਲਾ ਗਿਆ ਇਹਨੂੰ ਲੱਗਦਾ ਜਿਵੇਂ ਗਲੀਆਂ ਦੀ ਰੌਣਕ ਖਤਮ ਹੋ ਜਾਂਦੀ। ਸੱਚਿਆਈ ਇਹ ਇੱਕ ਇੱਕ ਜੀ ਨਾਲ ਘਰ ਦੀ ਰੌਣਕ, ਇੱਕ ਇੱਕ ਜੀ ਨਾਲ ਪਿੰਡ ਦੀ ਰੌਣਕ, ਇੱਕ ਇੱਕ ਜੀ ਐਸਾ ਹੁੰਦਾ ਜਿਹਦੇ ਨਾਲ ਪੰਜਾਬ ਦੀ ਰੌਣਕ, ਜ਼ਿਲ੍ਹੇ ਦੀ ਰੌਣਕ, ਬੰਦੇ ਬੰਦੇ ਨਾਲ ਰੌਣਕਾਂ ਹੁੰਦੀਆਂ ਨੇ। ਬੜੀ ਵੱਡੀ ਰੌਣਕ ਸੀ, ਪਰੰਤੂ ਗੁਰੂ ਕੀ ਸਾਧ ਸੰਗਤ ਉਸ ਅਕਾਲ ਪੁਰਖ ਨੂੰ ਜੋ ਚੰਗਾ ਲੱਗਦਾ ਏ ਉਹੀ ਹੁੰਦਾ ਏ। ਇਹ ਸਚਿਆਈ ਜੇ ਪਤਾ ਹੁੰਦਾ ਇਉਂ ਕਰ ਲੈਂਦੇ, ਇਉਂ ਕਰ ਲੈਂਦੇ। ਇਹ ਉਸ ਮਾਲਕ ਦੀ ਲੀਲਾ, ਉਹਦੀ ਖੇਲ, ਉਹਦੀ ਰਚਨਾ, ਜਿਵੇਂ ਜੀਵ ਲਖਾ ਕੇ ਆਇਆ ਉਸੇ ਤਰ੍ਹਾਂ ਹੋਣੀ। ਆਪਾਂ ਨੂੰ ਪਤਾ ਹੈ ਇਹ ਖੇਡ ਗੁਰੂ ਅਰਜਨ ਦੇਵ ਮਹਾਰਾਜ ਤੇਰੇ ਦਰ ਘਰ ਦੇ ਪ੍ਰੀਤਮਾਨ ਆਪ ਜੀ ਦੇ ਭੇਜੇ
ਸਮੁੱਚੇ ਪਰਿਵਾਰ ਨੂੰ ਸੇਵਾ ਨਿਭਾਉਂਦੇ ਆ। ਬੜੀਆਂ ਹੀ ਤਰੁੱਟੀਆਂ ਭੁੱਲਾਂ ਗਲਤੀਆਂ ਰਹਿ ਗਈਆਂ, ਬੱਚੇ ਜਾਣ ਕਰ ਮੁਆਫ ਕਰਨ, ਰੂਹ ਦਾਇਆ ਜੀ ਦੇ ਚਰਨਾਂ ਕਮਲਾਂ ਵਿੱਚ ਨਿਵਾਸ ਬਖਸ਼ਣਾ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਿਆ ਵਾਹਿਗੁਰੂ ਜੀ ਕਾ ਖਾਲਸਾ।
ਸਤਿਕਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ ਝੁਕਾ ਕੇ ਸੀ ਦੋਵੇਂ ਹੱਥ ਜੋੜ ਕੇ ਗੁਰੂ ਦੀ ਅਸੀਸ ਪ੍ਰਾਪਤ ਕਰੀਏ ਪਿਆਰ ਵਿੱਚ ਸਾਰੀ ਸੰਗਤ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਸ਼ੋਕਮਈ ਸਮਾਂ ਹੈ ਜਦ ਸਾਡੇ ਬਹੁਤ ਹੀ ਪਿਆਰ ਭਰੀ ਰੂਹ ਜੋ ਭਾਈ ਰਘਵੀਰ ਸਿੰਘ ਜੀ ਗੁਰੂ ਕੀ ਸੰਗਤ ਅਚਨਚੇਤ ਅਚਾਨਕ ਕੁਝ ਦਿਨ ਪਹਿਲਾਂ ਮਾਲਕ ਦੇ ਚਰਨਾਂ 'ਚ ਜਾ ਬਰਾਜੇ ਜਿਵੇਂ ਬਾਬਾ ਫਰੀਦ ਜੀ ਕਹਿੰਦੇ ਨੇ ਫਰੀਦਾ ਦਰਿਆ ਵੈ ਕੰਨੈ ਬਗਲਾ ਬੈਠਾ ਕੇਲ ਕਰੇ ਕੇਲ ਕਰਿੰਦੇ ਹੰਝ ਨੂੰ ਅਚਿੰਤੇ ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ ਜੋ ਮਨ ਚਿੱਤ ਨਾ ਚੇਤੇ ਸਨ ਸੋ ਗਾਲੀ ਰੱਬ ਗਿਆ ਬਾਬਾ ਜੀ ਦਾ ਇੱਕ ਇੱਕ ਬਚਨ ਜਿਹੜਾ ਹੈ ਬਾਣੀ ਦਾ ਬਿਲਕੁਲ ਸੱਚ ਏ ਬੰਦਾ ਕੁਝ ਸੋਚਦਾ ਏ ਵਿਚਾਰਦਾ ਕੁਝ ਏ ਹੋ ਕੁਝ ਹੋਰ ਜਾਂਦਾ ਏ ਪਰੰਤੂ ਉਸਦੇ ਹੁਕਮ ਤੋਂ ਬਗੈਰ ਪੱਤਾ ਨਹੀਂ ਝੂਲਦਾ ਹੁੰਦਾ ਉਹੀ ਏ ਜੋ ਮਾਲਕ ਨੂੰ ਚੰਗਾ ਲੱਗਦਾ ਏ ਗੁਰੂ ਕੀ ਸਾਧ ਸੰਗਤ ਬਹੁਤ ਹੀ ਪਿਆਰ ਭਰੀ ਰੂਹ ਸੀ ਗੁਰੂ ਕੀ ਸਾਧ ਸੰਗਤ ਕੁਝ ਦਿਨ ਪਹਿਲਾਂ ਗੁਰਦੁਆਰਾ ਸਾਹਿਬ ਪਰਸੋਂ ਚੋਂ ਸੇਵਾ ਚੱਲ ਰਹੀ ਸੀ ਗੁਰੂ ਕੀ ਸੰਗਤ ਅਤੇ ਇੱਕ ਸਿੰਘ ਕਹਿੰਦਾ ਹੈ ਜਿਸ ਦਿਨ ਦਾ ਵੀਰ ਚਲਾ ਗਿਆ ਇਹੋ ਲੱਗਦਾ ਜਿਵੇਂ ਗਲੀਆਂ ਦੀ ਰੌਣਕ ਖਤਮ ਹੋ ਜਾਂਦਾ ਸੱਚਿਆਈ ਇਹ ਇੱਕ ਇੱਕ ਜੀ ਨਾਲ ਘਰ ਦੀ ਰੌਣਕ ਇੱਕ ਇੱਕ ਜੀ ਨਾਲ ਪਿੰਡ ਦੀ ਰੌਣਕ ਇੱਕ ਇੱਕ ਜੀ ਐਸਾ ਹੁੰਦਾ ਜਿਹਦੇ ਨਾਲ ਪੰਜਾਬ ਦੀ ਰੌਣਕ ਜ਼ਿਲ੍ਹੇ ਦੀ ਰੌਣਕ ਬੰਦੇ ਬੰਦੇ ਨਾਲ ਰੌਣਕਾਂ ਹੁੰਦੀਆਂ ਨੇ ਬੜੀ ਵੱਡੀ ਰੌਣਕ ਸੀ ਪਰੰਤੂ ਗੁਰੂ ਕੀ ਸਾਧ ਸੰਗਤ ਉਸ ਅਕਾਲ ਪੁਰਖ ਨੂੰ ਜੋ ਚੰਗਾ ਲੱਗਦਾ ਏ ਉਹੀ ਹੁੰਦਾ ਏ ਅਤੇ ਸਚਿਆਈ ਜਿਹੜੇ ਜੀਵ ਨੇ ਛੇਤੀ ਚਲੇ ਜਾਣਾ ਹੋਵੇ ਉਹ ਜਾਣਦਾ ਰੌਣਕਾਂ ਵਿਖਾਉਂਦਾ ਏ ਗੁਰੂ ਕੀ ਸੰਗਤ ਉਹ ਆਪਣਾ ਨਾਮ ਆਪਣਾ ਪਿਆਰ ਜ਼ਿਆਦਾ ਵੰਡਦਾ ਏ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਰਘਵੀਰ ਸਿੰਘ ਜੀ ਜੋ ਗੁਰੂ ਕੀ ਸੰਗਤ ਮਾਲਕ ਦੇ ਹੁਕਮ ਅਨੁਸਾਰ ਪਾਤਸ਼ਾਹ ਦੇ ਚਰਨਾਂ 'ਚ ਜਾ ਬਿਰਾਜੇ ਪ੍ਰਾਣ ਜੀਓ ਕਿਸੇ ਵੀ ਜੀਵ ਦੇ ਚਲੇ ਜਾਣ ਤੋਂ ਬਾਅਦ ਮਾਲਕ ਹੁਕਮ ਕਰ ਰਹੇ ਨੇ ਕਥਾ ਅਤੇ ਕੀਰਤਨ ਵਾਸਤੇ ਪਿਆਰ ਦੇ ਨਾਲ ਮਾਲਕ ਦਾ ਭਾਣਾ ਮੰਨਦਿਆਂ ਹੋਇਆਂ ਪਰਿਵਾਰ ਦੇ ਹੁਕਮ ਨਾਲ ਕੀਰਤਨ ਦੀ ਹਾਜ਼ਰੀ ਭਰੀ ਜਾ ਰਹੀ ਹੈ ਬੇਨਤੀ ਭੈਣਾਂ ਬੱਚੀਆਂ ਮਾਲਕਾਂ ਵੀ ਅੰਦਰ ਦੀਆਂ ਵੀ ਉੱਪਰ ਵਿਛਾਈ ਦਾ ਪ੍ਰਬੰਧ ਕੀਤਾ ਜਾਵੇ ਬਾਕੀ ਸੰਗਤ ਉੱਪਰ ਬੈਠਦੀ ਚੱਲੇਗੀ ਜਿੰਨੀ ਮਰਜ਼ੀ ਸੰਗਤ ਹੋਵੇ ਬਾਏ
Thank you.
अकाल पुरख की रचना ਉਹਦੇ ਖੇਲ ਕੋਈ ਵੇਟ ਨਹੀਂ ਸਕਿਆ ਜਦੋਂ ਕੋਈ ਜੀਵ ਚਲਾ ਜਾਂਦਾ ਬੜਾ ਕੁਝ ਕਰਨੇ ਬੜਾ ਕੁਝ ਸੋਚਣੇ ਜੇ ਪਤਾ ਹੁੰਦਾ ਇਉਂ ਕਰ ਲੈਂਦੇ ਇਉਂ ਕਰ ਲੈਂਦੇ ਉਸ ਮਾਲਕ ਦੀ ਲੀਲਾ ਉਹਦੀ ਖੇਲ ਉਹਦੀ ਰਚਨਾ ਜਿਵੇਂ ਜੀਵ ਰਖਾ ਕੇ ਆਇਆ ਉਸੇ ਤਰ੍ਹਾਂ ਹੋਣੀ ਆਪਾਂ ਨੂੰ ਪਤਾ ਹੈ ਕਿ ਖੇਡ ਗੁਰੂ ਅਰਜਨ ਦੇਵ ਮਹਾਰਾਜ ਨਾ ਟਾਲ ਸਕੇ ਗੁਰੂ ਦੀ ਸੰਗਤ ਤਪਤੀਆਂ ਤਵੀਆਂ ਤੇ ਬੈਠ ਬੈਠ ਸ਼ਹਾਦਤਾਂ ਦਿੱਤੀਆਂ ਕੀ ਤੁਸੀਂ ਕਰ ਸਕਦੇ ਹੋ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੂੰ ਸਾਰਾ ਪਤਾ ਸੀ ਇਸ ਸਿੱਖੀ ਦੇ ਮਾਰਗ ਤੇ ਚੱਲਾਂਗਾ ਮੇਰਿਆਂ ਪੁੱਤਰਾਂ ਨੇ ਕਿਉਂ ਸ਼ਹੀਦ ਹੋ ਜਾਣਾ ਸ਼ਹੀਦ ਕਰਵਾਏ ਦੋ ਚਮਕੌਰ ਦੀ ਗੜੀ ਦੋ ਸਰਹੰਦ ਦੀਆਂ ਕੰਧਾਂ ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਖਬਰ ਰਾਏ ਕੰਡੇ ਦੀ ਧਰਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂਰੇ ਪਾਈ ਨੇ ਲਿਆ ਕੇ ਦਿੱਤੀ ਕਿ ਮਾਲਕ ਧਰਤੀ ਕੰਬ ਉੱਠੀ ਜਦੋਂ ਵਾਰਿਆ ਗਿਆ ਪਰਵਾਰ ਤੇਰਾ ਕਿਤੇ ਚੜ ਗਿਆ ਮੌਤ ਦੀ ਅਜੀਤ ਭੋਲੀ ਕਿਤੇ ਜੂਝਦਾ ਗਿਆ ਜਗਾਰ ਤੇਰਾ ਵਾਹਿਗੁਰੂ ਕਿਤੇ ਫਤਿਹ ਬਣਾ ਗਏ ਫਤਿਹ ਸਿੰਘ ਕਿਤੇ ਜੂਝਦਾ ਗਿਆ ਜਗਾਰ ਤੇਰਾ ਪਰ ਉਦੋਂ ਹੱਸ ਕੇ ਕਹਿ ਦੁਸ਼ਮੇਸ਼ ਲੱਗੀ ਮੈਂ ਸੱਚੇ ਪਾਤਸ਼ਾਹ ਸ਼ੁਕਰ ਜਗਾਰ ਤੇਰਾ ਉਹ ਸਮਾਗਮ ਦਾ ਭਾਣਾ ਹੁੰਦੇ ਇੱਕ ਕਿਤੇ ਹੰਝੂ ਹੱਥ ਚੋਂ ਨਹੀਂ ਗਿਆ ਤੇ ਉਹ ਭਾਣਾ ਹੁੰਦੇ ਮੇਰੇ ਮਾਲਕ ਦੇ ਉਸ ਮਾਲਕ ਤੇਰੀ ਲੀਲਾ ਹੈ ਇਹ ਤੇਰੀ ਖੇਡ ਹੈ ਜਿਸ ਕਾਰਕਰ ਸਿਉ ਨਾ ਹੀ ਚਾਰਾ ਤਾਂ ਕੋ ਕੀਏ ਸਭ ਨਮ ਸਕਾਰਾ ਜੈਸੇ Thank you.
Thank you.
ਵਾਪਰਿਆ ਲੱਗੀ ਤੇਰਾ ਭਾਣਾ ਭਾਣਾ ਤੇ ਵਾਪਰਦਾ ਹੈ ਇਹ ਕਦੇ ਟਲ ਨਹੀਂ ਸਕਦਾ ਰਾਮ ਗਇਓ ਰਾਮਨ ਗਇਓ ਜਾਗੋ ਬਹੁ ਪਰਵਾਰ ਕਹੁ ਨਾਨਕ ਥਿਰ ਕਸ਼ ਨਹੀਂ ਸੁਪਨੇ ਜਿਉ ਸੰਸਾਰ ਪਾਤਸ਼ਾਹ ਕਹਿੰਦੇ ਚਿੰਤਾ ਤਾਂ ਕੀ ਕੀਜੀ ਹੈ ਜੋ ਅਨਹੋਣੀ ਹੋਏ ਚਿੰਤਾ ਤਾਂ ਕਰ ਰੋ ਤਾਂ ਵਿਰਾਗ ਤੂੰ ਤਾਂ ਕਰ ਜੇ ਦੁਨੀਆਂ 'ਚ ਤੇਰੇ ਇਕੱਲੇ ਨਾਲੇ ਭਾਣਾ ਵਾਪਰ ਗਿਆ ਹੈ ਨਿਗਾਹ 'ਤੇ ਮਾਰ ਕੇ ਦੇ ਗੁਰੂ ਕੀ ਸਾਧ ਸੰਗਤ ਆਪ ਤੋਂ ਦੁਖੀਏ ਵੱਲ ਦੇਖੀਏ ਪਤਾ ਲੱਗਦਾ ਏ ਫਿਰ ਗੁਰੂ ਕੀ ਸਾਧ ਸੰਗਤ ਸਬਰ ਆਉਂਦਾ ਹੈ ਬੜੀ ਦੁਨੀਆਂ ਦੁਖੀ ਤੋਂ ਦੁਖੀ ਗੁਰੂ ਕੀ ਸਾਧ ਸੰਗਤ ਭਾਈ ਰਘਵੀਰ ਸਿੰਘ ਜੀ ਚਲੇ ਗਏ ਚਲੋ ਚਲੇ ਗਏ ਨੇ ਸਮਾਂ ਨਹੀਂ ਸੀ ਜਾਣ ਦਾ ਆਪਾਂ ਕਹਿੰਦੇ ਹਾਂ ਸਮਾਂ ਨਹੀਂ ਸੀ ਪਰ ਕੀਤਾ ਕੀ ਜਾਵੇ ਜਿਵੇਂ ਜੀਵ ਲਿਖਾ ਕੇ ਆਇਆ ਮਰਮਰ ਲਿਖਾਏ ਮੰਡਲ ਮੈਂ ਆਏ ਗੁਰੂ ਕੀ ਸਾਧ ਸੰਗਤ ਚਲੇ ਗਏ ਨੇ ਪਰ ਗੁਰੂ ਕੀ ਸਾਧ ਸੰਗਤ ਇਹ ਕਿਸੇ ਇਕੱਲੇ ਅਸੀਂ ਨਿੱਤ ਕੀਰਤਨ ਕਰਨ ਜਾਂਦੇ ਹਾਂ ਦੇਖ ਕੇ ਹੈਰਾਨ ਪਰੇਸ਼ਾਨ ਹੋ ਜਾਈਦਾ ਹੈ ਕਈ ਵਾਰ ਹੈਰਾਨ ਹੋ ਜਾਈਦਾ ਹੈ ਗੁਰੂ ਕੀ ਸਤਸੰਗ ਉੱਤੇ ਬੜਾ ਮਨ ਨੂੰ ਦੁੱਖ ਆਉਂਦਾ ਹੈ ਕਿ ਵਾਹ ਵੀ ਵਾਹ ਖਾਰੇ ਅਸੀਂ ਨੇੜੇ ਕੀਰਤਨ ਕਰਨ ਗਏ ਥੋੜ੍ਹੇ ਦਿਨ ਪਹਿਲਾਂ ਇੱਕ ਮਾਂ ਬੱਚੇ ਨੂੰ ਲੋਚਦੀ 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 ਅਤੇ ਗੁਰੂ ਕੀ ਸੰਗਤ ਬੱਚੇ ਨੂੰ ਜਨਮ ਦਿੱਤਾ ਅਤੇ ਆਪ ਚੜ੍ਹਾਈ ਥੋੜ੍ਹੇ ਦਿਨ ਪਹਿਲਾਂ ਅਸੀਂ ਕੀਰਤਨ ਕਰਕੇ ਆਏ ਬੜਾ ਦੁੱਖ ਹੋਇਆ ਕਿ ਦੇਖ ਬਾਲਕਾ ਬੱਚੇ ਦਾ ਮੂੰਹ ਦੇਖਦਿਆਂ ਦੇਖਦਿਆਂ ਆਪ ਮੌਤ ਦੇ ਘਾਟ ਉਤਰ ਗਈ ਇਸੇ ਤਰ੍ਹਾਂ ਨਿੱਤ ਕੀਰਤਨ ਕਰਨ ਜਾਂਦੇ ਹਾਂ ਬੜੀ ਥਾਈਂ ਐਸਾ ਮਨ ਨੂੰ ਦੁੱਖ ਆਉਂਦਾ ਹੈ ਕਿ ਗੁਰੂ ਕੀ ਸਾਧ ਸੰਗਤ ਦੀ ਕਹਾਣੀ ਹੁਣ ਕਿਵੇਂ ਬਣੇਗੀ ਕਈ ਇਕੱਲੇ ਹੀ ਵਿਚਾਰੇ ਪਿੱਛੇ ਕੁਝ ਵੀ ਨਹੀਂ ਹੁੰਦਾ ਤੁਰ ਜਾਂਦੇ ਨੇ ਗੁਰੂ ਕੀ ਸਾਧ ਸੰਗਤ ਬਠਿੰਡੇ ਦੇ ਕੋਲ ਥੋੜ੍ਹੇ ਦਿਨ ਪਹਿਲਾਂ ਕੀਰਤਨ ਕਰਨ ਗਏ ਮਾਂ ਵੀ ਮਰੀ ਹੋਈ ਪਿਓ ਵੀ ਮਰਿਆ ਹੋਇਆ ਇਕੱਲਾ ਹੀ ਬੱਚਾ ਇਕੱਲਾ ਹੀ ਸੀ ਅਤੇ ਗੁਰੂ ਕੀ ਸੰਗਤ ਪਾਲਿਆ ਵੀ ਤਾਈਆਂ ਚਾਚਿਆਂ ਨੇ ਤੇ ਗੁਰੂ ਕੀ ਸੰਗਤ ਐਸਾ ਭਾਣਾ ਵਰਤਿਆ ਇਕੱਲਾ ਹੀ ਸੀ ਤੇ ਇਕੱਲਾ ਹੀ ਤੁਰ ਗਿਆ ਇਹੋ ਜਿਹੇ ਜੀਵਾਂ ਵੱਲ ਦੇਖੀਏ ਤੇ ਫਿਰ ਗੁਰੂ ਕੀ ਸਾਧ ਸੰਗਤ ਭਾਣਾ ਮੰਨਣਾ ਸੁਖਾਲਾ ਹੋ ਜਾਂਦਾ ਹੈ ਜਦੋਂ ਇਸ ਤਰ੍ਹਾਂ ਦੇਖੀਦਾ ਹੈ ਤੇ ਫਿਰ ਗੁਰੂ ਕੀ ਸਾਧ ਸੰਗਤ ਸੋਚੀਦਾ ਹੈ ਚਲੋ ਬਾਲਕਾ ਤੇਰਾ ਭਾਣਾ ਸੱਤ ਏ ਇਹ ਟਲ ਨਹੀਂ ਸਕਦਾ ਪਤਾ ਲੱਗ ਵੀ ਜਾਵੇ ਬਾਬਾ ਪਤਾ ਲੱਗ ਵੀ ਜਾਵੇ ਕਿ ਆਹ ਸਾਡੇ ਜੀਵ ਦੀ ਮੌਤ ਇਸ ਤਰ੍ਹਾਂ ਹੈ ਕਦੇ ਨਹੀਂ ਡਲ ਸਕਦੀ ਗੁਰੂ ਕੀ ਸਾਧ ਸੰਗਤ ਬਿਆਸ ਰਿਖੀ ਇੱਕ ਹੋਏ ਨੇ ਬਿਆਸ ਰਿਖੀ ਜੀ ਜਿਨ੍ਹਾਂ ਦਾ ਨਾਮ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹੈ ਜਿਨ੍ਹਾਂ ਦੇ ਚਰਨਾਂ 'ਚ ਬੈਠੇ ਹਾਂ ਬਹੁਤ ਪਹੁੰਚਿਆ ਹੋਇਆ ਰਿਖੀ ਸੀ ਬੜਾ ਪਹੁੰਚਿਆ ਹੋਇਆ ਰਿਹਾ ਤੇ ਬਿਆਸ ਰਿਖੀ ਇੱਕ ਦਿਨ ਕਥਾ ਕਰ ਰਿਹਾ ਕਿ ਜੋ ਭਾਣਾ ਹੈ ਇਹ ਟਲ ਨਹੀਂ ਸਕਦਾ ਤੇ ਗੁਰੂ ਕੀ ਸਾਧ ਸੰਗਤ ਰਾਜਾ ਜਨਮੇਜਾ ਸੀ ਉਸ ਵੇਲੇ ਦਾ ਆ
ਇਸ ਉੱਚੇ ਪਰਿਵਾਰ ਤੋਂ ਸੇਵਾ ਨਿਭਾਉਂਦੇ ਆ, ਬੜੀਆਂ ਹੀ ਤਰੁੱਟੀਆਂ ਭੁੱਲਾਂ ਗਲਤੀਆਂ ਰਹਿ ਗਈਆਂ, ਬੱਚੇ ਜਾਣ ਕਰ ਮੁਆਫ ਕਰਨ, ਅੱਗੇ ਵਾਸਤੇ ਮਤ ਬਦ ਬਖਸ਼, ਪੜੀ ਸੁਣੀ ਬਾਣੀ ਦਾ ਫਲ, ਕੀਤੀ ਸੇਵਾ ਦਾ ਫਲ, ਕਥਾ ਕੀਰਤਨ ਦਾ ਫਲ, ਪਿਛਲੇ 10 ਦਿਨਾਂ ਤੋਂ ਲੈ ਕੇ ਅੱਜ ਤੱਕ ਸਮੁੱਚੇ ਲੰਗਰ ਪਾਣੀ ਦਾ ਫਲ, ਪੁੰਨ ਦਾ ਜੋ ਬੀਜ ਦੇ ਸਭ ਧਰਮ ਰਾਏ ਕਹਿ ਜਾਈ ਦੇਵਾ ਵਾਕਾਂ ਅਨੁਸਾਰ ਰੂਹ ਆਤਮਾ ਨੂੰ ਬਖਸ਼ਿਸ਼ ਕਰਨਾ, ਰੂਹ ਦੀ ਕਲਿਆਣ ਕਰਨੀ, ਰੂਹ ਦਾਇਆ ਜੀ ਦੇ ਚਰਨਾਂ ਕਮਲਾਂ ਵਿੱਚ ਨਿਵਾਸ ਬਖਸ਼ਣਾ, ਸੰਗਤ ਦੀ ਅਰਦਾਸ ਬੇਨਤੀ ਪ੍ਰਵਾਨ ਕਰਕੇ ਉਸ ਰੂਹ ਤੋਂ ਇਸ ਵਾਤ ਲੋਕ ਵਿੱਚ ਹੋਈਆਂ ਭੁੱਲਾਂ ਨੂੰ ਖਿਮਾ ਕਰਨਾ, ਸੇਵਕ ਪਰਿਵਾਰ ਵਾਲਾ ਵਿੱਚ ਸ੍ਰੀ ਰੂਹ ਦੇ ਲਏ ਤਮੰਜਾ ਬਿਸਤਰਾ ਬਰਤਨ ਬਸਤਰ ਜੋੜਾ ਆਦਿ ਵਸਤੂਆਂ ਹਾਜ਼ਰ ਨੇ, ਸਮੁੱਚੀ ਸੇਵਾ ਦਾ ਫਲ ਰੂਹ ਆਤਮਾ ਨੂੰ ਬਖਸ਼ਿਸ਼ ਕਰਨਾ, ਸੇਵਕ ਪਰਿਵਾਰ ਵੱਲੋਂ ਭਾਈ ਰਘਵੀਰ ਸਿੰਘ ਜੀ ਦੀ ਰੂਹ ਆਤਮਾ ਦੇ ਦੇਵੇ, ਉਹਨਾਂ ਦੀ ਪਵਿੱਤਰ ਯਾਦ ਵਿੱਚ ਆਪ ਜੀ ਦੇ ਦਰ ਘਰ ਵਿੱਚ ਇੱਕ ਏਸੀ ਦੀ ਅਰਦਾਸ ਕਰਵਾ ਰਹੇ ਨੇ, ਕਿਰਪਾ ਕਰਨੀ, ਰਹਿਮਤ ਕਰਨੀ, ਇਹਨਾਂ ਪਰਿਵਾਰ ਦੇ ਬੱਚੀਆਂ ਬੱਚਿਆਂ ਦੇ ਸਮੁੱਚੇ ਭੈਣਾਂ ਭਰਾਵਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਭਾਣਾ ਮੰਨਣ ਦਾ ਬਾਲ ਬਖਸ਼ਣਾ, ਅੱਗੇ ਵਾਸਤੇ ਘਰ ਵਿੱਚ ਸੁੱਖ ਸ਼ਾਂਤੀ ਠੰਡ ਵਰਤਾਉਣੀ, ਚੜ੍ਹਦੀਆਂ ਕਲਾ ਬੱਚੀਆਂ ਬੱਚਿਆਂ ਨੂੰ ਸਦਾ ਅਸੀਸਾਂ ਬਖਸ਼ਿਸ਼ ਕਰਨੀਆਂ, ਸਾਨੂੰ ਗਰੀਬ ਨਿਵਾਜ ਸੇਵਕ ਪਰਿਵਾਰ ਵੱਲੋਂ ਸੁੰਦਰ ਸੋਹਣੇ ਪੁਸ਼ਾਕ ਭੇਟਾ ਕੀਤੇ ਨੇ, ਪ੍ਰੇਮ ਪਟੋਲਾ ਤਾਂ ਸਹਿ ਦਿੱਤਾ ਢੱਕਣ ਤੂਪਾ ਤਮੇਰੀ, ਦਾਣਾ ਬੀਨਾ ਸਾਈ ਮੈਂ ਨਾਨਕ ਸਾਰ ਨਾ ਜਾਣਾ, ਤੇਰੀ ਦਿਮਾ ਵਾਕਾਂ ਅਨੁਸਾਰ ਇਸ ਗੁਰਮੁਖ ਪਰਿਵਾਰ ਦੇ ਲੋਕ ਤੇ ਪਰਲੋਕ ਪੜਦੇ ਕੱਜਣੇ, ਸੇਵਕ ਪਰਿਵਾਰ ਵੱਲੋਂ ਤੇ ਸਭ ਆਈਆਂ ਸੰਗਤਾਂ ਵੱਲੋਂ ਚਰਨਾਂ ਦੇ ਅੰਤਵਾਇਆ ਹਾਜ਼ਰ, ਮਾਇਆ ਆਪਣੇ ਖਜ਼ਾਨੇ ਦਾਖਲ ਕੁਰਸ ਗੁਰਮੁਖ ਪਰਿਵਾਰ ਤੇ ਸਭ ਆਈ ਸੰਗਤ ਦੇ ਖਜ਼ਾਨੇ ਮਾਲੋ ਮਾਲ ਕਰਨੇ, ਸਭ ਆਈਆਂ ਸੰਗਤਾਂ ਨੂੰ ਸੁੱਖ ਸ਼ਾਂਤੀ ਤੰਦਰੁਸਤੀਆਂ, ਇਹਨਾਂ ਆਈਆਂ ਸਾਰੀਆਂ ਸੰਗਤਾਂ ਦੇ ਘਰਾਂ ਵਿੱਚ ਸੁੱਖ ਸ਼ਾਂਤੀ ਤੰਦਰੁਸਤੀਆਂ ਬਖਸ਼ਣੀਆਂ, ਸਾਡਾ ਡੰਗਰ ਖੇੜਾ ਸੁਖੀ ਵਸਾਉਣਾ, ਵਾਹਮੁਖੀ ਤੰਦਰੁਸਤੀਆਂ, ਸਭ ਸੰਗਤਾਂ ਵਿੱਚ ਪ੍ਰੇਮ ਇਕੱਤਰਤਾ ਇਤਫਾਕ ਬਖਸ਼ ਕੇ ਆਪ ਜੀ ਦੇ ਪਵਿੱਤਰ ਦਰ ਤੇ ਘਰ ਨਾਲ ਜੋੜ ਕੇ ਰੱਖਣਾ, ਸੇਵਕ ਪਰਿਵਾਰ ਵੱਲੋਂ ਬਖਸ਼ਿਸ਼ ਕੀਤੀਆਂ ਦਾਤਾਂ ਵਿੱਚੋਂ ਤ੍ਰਿਪਾਵਰ ਕੜਾਹ ਪ੍ਰਸ਼ਾਦਾ ਥਾਲਾ ਸਜਾ ਕਰ ਦਰਹਾਲ ਕੀਤਾ ਹੈ, ਦੇਖ ਸਜਾਉਂਦਿਆਂ ਹੋਈਆਂ ਫੁੱਲਾਂ ਦੀ ਖਿਮਾ ਬਖਸ਼ ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਭ ਭੋਗ ਰਾਏ ਪ੍ਰਸ਼ਾਸਕ ਭੋਗ ਲਾ, ਲੱਗਿਆ ਭੋਗ ਤੇ ਸਾਧ ਸੰਗਤ ਦੀ ਰਸਨੀ ਲੈ ਕੇ ਹੋਵੇ, ਹੁਣ ਪਵਿੱਤਰ ਹੁਕਮ ਨਾਮੇ ਬਖਸ਼ ਕਰ ਸਾਧ ਸੰਗਤ ਨੂੰ, ਨਜ਼ਰੀ ਨਜ਼ਰ ਨਿਹਾਲ ਕਰੋ ਸੀਸਾਂ ਬਖਸ਼, ਜੋ ਹਜ਼ੂਰ ਦੀ ਸ਼ਰਨ ਆਵੇ ਸੋ ਰਾਜੀ ਜਾਵੇ, ਜੋ ਅੜੇ ਸੋ ਚੜੇ ਸਰਨ ਪਰੇ ਸੋ ਤਰੇ, ਨਾਨਕ ਨਾਮ ਚੜ੍ਹਦੀ ਕਲਾ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਤਵੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਹੋਵੇ ਲਵੋ ਚਾਹੇ ਖੋਜ ਸਬਦ ਮੈਂ, ਰਾਜ ਕਰੇ ਕਾ ਖਾਲਸਾ ਆਇਆ ਕੀ ਰਹੇ ਨ ਕੋਈ, ਦੁਆਰ ਹੋਏ ਸਭ ਮਿਲੇਂਗੇ ਬਲੇ ਸਾਡ ਜੋ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੁਤਰੇ ਮਹਾਜ, ਜੋ ਸ਼ਰਨ
ਸਕਦੇ। ਮਾਡਲ ਸਮਿਤੀ ਸਾਧ ਸੰਗਤ ਜੀ, ਜੋ ਅੱਜ ਮਹੀਂ ਰਘਬੀਰ ਸਿੰਘ ਦੇ ਅਰਦਾਸ ਵਿੱਚ ਸਾਧ ਸੰਗਤ ਜੀ ਛੋਟ ਮਈ ਸਮਾਗਮ ਵਿੱਚ ਇਕੱਠੇ ਹੋਏ ਹਾਂ, ਅਸੀਂ ਸਾਰੀ ਸਾਧ ਸੰਗਤ ਜੀ ਦਾ ਆਈਆਂ ਦਾ ਬਹੁਤ ਧੰਨਵਾਦ ਕਰਦੇ ਹਾਂ। ਜਿੱਥੇ ਇਲਾਕੇ ਦੀਆਂ ਸਾਧ ਸੰਗਤਾਂ ਨੇ ਸਾਡੇ ਨਾਲੋਂ ਵੱਧ ਕੇ ਰਘਬੀਰ ਸਿੰਘ ਦੀ ਮੌਤ ਦਾ ਸ਼ੋਕ ਮਨਾਇਆ ਹੈ। ਸ਼ਾਇਦ ਕੋਈ ਪੰਦਰਾਂ ਦੀਆਂ ਪਿੰਡਾਂ ਵਿੱਚੋਂ ਵਿਅਕਤੀ ਜਾਂ ਕੋਈ ਮੰਚ ਮੰਚ ਰਹਿ ਗਿਆ ਹੋਵੇਗਾ ਜਿਹਨੇ ਸਾਡੇ ਦੁੱਖ ਨਾਲ ਸਾਡੇ ਨਾਲ ਦੁੱਖ ਸਾਂਝਾ ਨਾ ਕੀਤਾ ਹੋਵੇ, ਅਤੇ ਜਿੱਥੇ ਉਹਨਾਂ ਨੇ ਰਘਬੀਰ ਸਿੰਘ ਦੀ ਵੀ ਬਹੁਤ ਤਾਰੀਫ ਕੀਤੀ ਹੈ ਅਤੇ ਸਾਡੇ ਨਾਲ ਵੀ ਬਹੁਤ ਜ਼ਿਆਦਾ ਦੁੱਖ ਮਨਾਇਆ ਹੈ। ਸੋ ਕਈਆਂ ਦਿਨਾਂ ਤੋਂ ਸੋਗ ਸਮਾਗਮ ਚੱਲ ਰਿਹਾ ਜਿਨ੍ਹਾਂ ਦੇ ਵਿੱਚ ਕਈ ਲੀਡਰ ਸਾਹਿਬਾਨ ਜਾਂ ਹੋਰ ਮੰਤਰੀ ਸੱਜਣ ਜਿਹੜੇ ਸਾਡੇ ਕਈ ਕਾਰਨ ਪਿਆਰੇ ਨੇ, ਜਿਵੇਂ ਗੁਰਪਾਲ ਸਿੰਘ ਹਰੀਆ ਗੁਰਪਾਲ ਸਿੰਘ ਜੀ ਗੁਰੂ, ਉਹ ਵੀ ਸਾਡੇ ਨਾਲ ਦੁੱਖ ਸਾਂਝਾ ਕਰਕੇ ਗਏ ਨੇ, ਉਹਨਾਂ ਦਾ ਧੰਨਵਾਦ ਕਰਦੇ ਹਾਂ। ਪ੍ਰਦਰਸ਼ਨ ਸਿੰਘ ਜੀ ਮਰਾੜ, ਉਹ ਵੀ ਦੁੱਖ ਸਾਂਝਾ ਕਰਕੇ ਗਏ ਨੇ। ਪ੍ਰਸੰਤ ਸਿੰਘ ਜੀ ਬਰਾੜ, ਉਹ ਵੀ ਦੁੱਖ ਸਾਂਝਾ ਕਰਕੇ ਗਏ ਹਨ। ਉਹਨਾਂ ਦੇ ਪੱਕਾ ਬਿਨਾਂ ਬਰਾੜ ਗਏ ਹਨ, ਉਹ ਵੀ ਦੁੱਖ ਸਾਂਝਾ ਕਰਕੇ ਇਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਹੋਰ ਵੀ ਸ਼ੋਕਮਾਂ 'ਤੇ ਆਏ ਹਨ, ਜਿਨ੍ਹਾਂ ਵਿੱਚ ਬੜੀਵਾਲ ਮੰਡੀ ਦੇ ਵਿਜੇ ਕੁਮਾਰ ਜੀ ਪ੍ਰਧਾਨ ਬੱਚਾ ਆਰਟ ਪੰਜਾਬ ਐਸੋਸੀਏਸ਼ਨ ਬੜੀਵਾਲਾ, ਉਹਨਾਂ ਨੇ ਵੀ ਉਪਦੇਸ਼ ਭੇਜਿਆ ਹੈ, ਉਹਨਾਂ ਦਾ ਧੰਨਵਾਦ ਕਰਦੇ ਹਾਂ। ਜਗਜੀਤ ਸਿੰਘ ਹਨੀ ਫੱਤਣ ਵਾਲਾ ਬਰਾੜ ਸਾਹਿਬ, ਉਹਨਾਂ ਨੇ ਵੀ ਸੰਦੇਸ਼ ਭੇਜਿਆ ਹੈ, ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਮਿਡਸਮੀ ਆਗਰੀ ਸੈਂਸ ਪ੍ਰਾਈਵੇਟ ਲਿਮਟਡ ਵੱਲੋਂ ਵੀ ਮੈਨੇਜਿੰਗ ਡਾਇਰੈਕਟਰ ਅਤੇ ਸਟਾਫ ਵੱਲੋਂ ਵੀ ਜਗਜੀਤ ਸਿੰਘ ਦੀ ਮੌਤ ਦਾ ਸੋਖ ਸੰਦੇਸ਼ ਭੇਜਿਆ ਹੈ, ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਜਗਜੀਤ ਸਿੰਘ ਜੀ ਕਾਕਾ ਬਰਾੜ ਆਮ ਆਦਮੀ ਪਾਰਟੀ ਨੇ ਉਹ ਵੀ ਇੱਥੇ ਬੈਠੇ ਨੇ, ਉਹਨਾਂ ਵੱਲੋਂ ਵੀ ਲੋਕ ਸੋਖ ਸੰਦੇਸ਼ ਦਾ ਆਇਆ ਹੈ, ਉਹਨਾਂ ਦਾ ਵੀ ਧੰਨਵਾਦ ਕਰਦੇ ਹਨ। ਅਤੇ ਹੁਣ ਸ਼ਰਧਾਂਜਲੀ ਸਮਾਗਮ ਖਾਸ ਪ੍ਰੋਗਰਾਮ ਨਹੀਂ ਹੈਗਾ, ਸਿਰਫ ਸਾਡੇ ਪਰਿਵਾਰਕ ਅਤੇ ਰਿਸ਼ਤੇਦਾਰ ਮੈਂਬਰ ਕੰਵਰਜੀਤ ਸਿੰਘ ਜੀ ਗੁਰਜੀਤ ਬਟੰਦੀ ਸਵਾਈਆਂ ਸੰਗਤਾਂ ਦਾ ਧੰਨਵਾਦ ਕਰਨਗੇ। ਗੋਬਿੰਦ ਵਾਸਤੇ ਗੁਰਜੀਤ ਬਟੰਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬ੍ਰਾਹਮਣ ਸਾਰੀ ਹੀ ਸਾਧ ਸੰਗਤ ਸਭ ਨੂੰ ਫਤਿਹ ਅਰਜ਼ ਕਰਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਬੜੇ ਦੁੱਖ ਦੀ ਘੜੀ ਦੇ ਵਿੱਚ ਸਾਡੇ ਵੱਡੇ ਵੀ ਰਘਬੀਰ ਜੀ ਦੀ ਅੰਤਮ ਅਰਦਾਸ ਵਿੱਚ ਸ਼ਾਮਿਲ ਹੋਣਾ ਹੈ, ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਾ ਹੈ। ਅਤੇ ਇੱਥੇ ਗਿਆਨੀ ਜੀ ਹਰਾਂ ਨੇ ਬੜਾ ਹੀ ਵੈਰਾਗਮਈ ਕੀਰਤਨ ਕੀਤਾ ਅਤੇ ਕੀਰਤਨ ਰਾਹੀਂ ਆਪਾਂ ਨੂੰ ਮੌਤ ਬਾਰੇ ਦੱਸਿਆ। ਮੌਤ ਇੱਕ ਅਟਲ ਸੱਚਾਈ ਹੈ, ਹਰ ਪ੍ਰਾਣੀ ਹਰ ਇਨਸਾਨ 'ਤੇ ਆਉਣੀ ਹੈ, ਪਰ ਕਈ ਮੌਤਾਂ ਜਿਹੜੀਆਂ ਇਹੋ ਜਿਹੀਆਂ ਪਰਿਵਾਰਾਂ 'ਚ ਹੋ ਜਾਂਦੀਆਂ, ਉਹ ਜ਼ਿੰਦਗੀ ਦੇ ਵਿੱਚ ਨਾ ਪੂਰਾ ਹੋਣ ਵਾਲਾ ਘਾਟਾ, ਸਦਾ ਪਿੱਛੇ ਹਮੇਸ਼ਾ ਯਾਦਾਂ ਛੱਡ ਜਾਂਦੀਆਂ, ਅਤੇ ਹਰ ਪਰਿਵਾਰ ਦੇ ਦੁੱਖ ਸੁੱਖ ਦੇ ਵਿੱਚ ਉਹ ਯਾਦਾਂ ਇੱਕ ਬੜਾ ਵੱਡਾ ਉਬਾਲ ਬਣ ਕੇ ਉੱਭਰਦੀਆਂ। ਸਾਡਾ ਵੀਰ ਰਘਬੀਰ ਨੰਬਰਦਾਰ ਜੀ ਅਵਤਾਰ ਸਿੰਘ ਜੀ, ਜਿਹੜੇ ਕਿ ਸਾਡੇ ਕਰੀਬੀ ਰਿਸ਼ਤੇਦਾਰ ਵੀ ਆ, ਪਰ ਰਿਸ਼ਤੇਦਾਰੀ ਨਾਲੋਂ ਵੱਧ ਇਹਨਾਂ ਨਾਲ ਮੇਰਾ ਸਿਆਸੀ ਅਤੇ ਸਮਾਜਿਕ ਪਿਆਰ ਪ੍ਰਭਾਵ ਪਿਆ ਰਿਹਾ, ਕਿਉਂਕਿ ਜਦੋਂ ਸਿਆਸਤ ਦੇ ਵਿੱਚ ਤੁਸੀਂ ਆਪਣੀ ਸ਼ੁਰੂਆਤ ਕਰਦੇ ਅਤੇ ਉਦੋਂ ਪਹਿਲਾਂ ਆਪਣੇ ਰਿਸ਼ਤੇਦਾਰਾਂ ਕੋਲ ਜਾਂਦੇ ਹਾਂ ਅਤੇ ਰਿਸ਼ਤੇਦਾਰਾਂ ਦਾ ਆਸ਼ੀਰਵਾਦ ਲੈ ਕੇ ਹਮੇਸ਼ਾ ਚੱਲਦੇ। ਸਰਦਾਰ ਅਵਤਾਰ ਸਿੰਘ ਨੰਬਰ ਜੀ ਹਰ ਨੰਬਰਦਾਰ ਜੀ ਹਰਾਂ ਕੋਲ ਮੇਰਾ ਆਉਣਾ ਜਾਣਾ ਸ਼ੁਰੂ ਹੋਇਆ,
ਤੇ ਸਰਦਾਰ ਰਘਵੀਰ ਸਿੰਘ ਦਾ ਬੇਟਾ ਜਿਹਦੇ ਨਾਲ ਸਾਡਾ ਮੈਨੂੰ ਲੱਗਦਾ ਵੀ ਨੰਬਰਦਾਰ ਜੀ ਨਾਲੋਂ ਰਘਵੀਰ ਜੀ ਨਾਲੋਂ ਵੀ ਜ਼ਿਆਦਾ ਪਿਆਰ ਹੈ। ਸਾਡਾ ਭਤੀਜਾ, ਮੈਂ ਉਹਨੂੰ ਹਮੇਸ਼ਾ ਇੱਕ ਗੱਲ ਕਹਿਣੀ, ਮੈਂ ਕਿਹਾ ਯਾਰ ਤੂੰ ਤਾਂ ਸਾਡਾ ਛੋਟਾ ਨੰਬਰਦਾਰ, ਬੜਾ ਪਿਆਰ ਹੈ ਇਸ ਪਰਿਵਾਰ ਨਾਲ। ਅਤੇ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਵੀ ਨੰਬਰਦਾਰ ਜੀ ਨੇ ਆਪਣੇ ਪਰਿਵਾਰ ਦੇ ਵਿੱਚ ਜੋ ਲਿਆਕਤ ਸਿਖਾਈ ਹੈ, ਜੋ ਆਪਣੇ ਪਰਿਵਾਰ ਦੇ ਵਿੱਚ ਸਮਾਜਿਕ ਅਤੇ ਸਿਆਸੀ ਜਿਸ ਤਰ੍ਹਾਂ ਜ਼ਿੰਦਗੀ ਬਸਰ ਕਰਨੀ ਸਿਖਾਈ ਹੈ, ਆਹ ਮੈਨੂੰ ਲੱਗਦਾ ਹਰ ਪ੍ਰਾਣੀ ਦੇ ਵੱਸ ਦੀ ਗੱਲ ਨਹੀਂ। ਇੱਕ ਸਧਾਰਨ ਜ਼ਿਮੀਂਦਾਰੀ ਤੋਂ ਉੱਠ ਕੇ ਆਪਣੇ ਬੱਚਿਆਂ ਨੂੰ ਬਿਜ਼ਨਸ ਦੇ ਵਿੱਚ ਲਾਉਣਾ, ਸ਼ੈਲਰ ਬਣਾ ਕੇ ਦੇਣੇ, ਆੜਤ ਬਣਾ ਕੇ ਦੇਣੀ, ਰੇਹ ਸਪਰੇਅ ਦੀ ਦੁਕਾਨ ਬਣਾ ਕੇ ਦੇਣੀ, ਅਤੇ ਆਪਣੇ ਪੋਤਰਿਆਂ ਤੱਕ ਜਿੱਥੇ ਵਾਈ ਦੇ ਨਾਲ ਨਾਲ ਉਹਨਾਂ ਨੂੰ ਬਿਜ਼ਨਸ 'ਚ, ਉਹਨਾਂ ਨੂੰ ਪੜ੍ਹਾਈ ਦੇ ਵਿੱਚ ਕਾਮਯਾਬ ਕੀਤਾ, ਇਹਦੇ 'ਚ ਮੈਂ ਸਭ ਤੋਂ ਵੱਡਾ ਹੱਕ ਸਰਦਾਰ ਅਵਤਾਰ ਸਿੰਘ ਨੰਬਰਦਾਰ ਜੀ ਦਾ ਸਮਝਦਾ, ਕਿਉਂਕਿ ਪਾਣਾ ਮੰਨਣਾ ਕਹਿਣਾ ਸੌਖਾ ਪਰ ਮੰਨਣਾ ਬੜਾ ਔਖਾ। ਕਿਉਂਕਿ ਮੈਨੂੰ ਹਰ ਪਲ ਉਸ, ਜਿਵੇਂ ਬਾਬਾ ਜੀ ਨੇ ਕਿਹਾ ਵੀ ਗਲੀ ਦੇ ਵਿੱਚੋਂ ਲੰਘਣਾ ਬਾਈ ਨੇ ਅਤੇ ਹੱਥ ਚੱਕਦੇ ਜਾ, ਅਤੇ ਮੈਨੂੰ ਉਹ ਹਰ ਪਲ ਯਾਦ ਆਉਂਦਾ, ਕਿਉਂਕਿ ਮੇਰਾ ਪਰਿਵਾਰ ਨਾਲ ਬੜਾ ਮਿਲਵਰਤਨ ਸੀ। ਅਤੇ ਹਮੇਸ਼ਾ, ਕਿਉਂਕਿ ਛੋਟੇ ਬਾਈ ਹਰੀ ਸਾਰੇ ਆਪਦੇ ਬਿਜ਼ਨਸ 'ਚ ਹੁੰਦੇ ਸੀ, ਅਤੇ ਬਾਈ ਰਘਵੀਰ ਨੇ ਹੀ ਸਾਡਾ ਹਮੇਸ਼ਾ ਸਿਆਸੀ ਤੌਰ 'ਤੇ ਵੀ ਸਾਥ ਦੇਣਾ ਅਤੇ ਘਰ ਆਏ ਦੀ ਵੀ ਸਾਡੀ ਸੇਵਾ। ਸੋ ਬੜੀ ਦੁੱਖ ਦੀ ਗੱਲ ਆ, ਨਾ ਪੂਰਾ ਹੋਣ ਵਾਲਾ ਘਾਟਾ, ਜਿੱਥੇ ਪਰਿਵਾਰ ਨੂੰ ਘਾਟਾ ਉੱਥੇ ਜ਼ਾਤੀ ਤੌਰ 'ਤੇ, ਕਿਉਂਕਿ ਇੱਕ ਸਿਆਸੀ ਜਦੋਂ ਤੁਸੀਂ ਜ਼ਿੰਦਗੀ ਬਸਰ ਕਰਦੇ ਹੋ ਤਾਂ ਭਰਾਵਾਂ ਦੀਆਂ ਬਾਹਾਂ ਸਭ ਤੋਂ ਵੱਡੀ ਗੱਲ ਕਰਦਾ। ਅੱਜ ਸਾਡੇ ਵਿੱਚ ਸਾਡਾ ਭਰਾ ਨਹੀਂ ਰਿਹਾ, ਪਰ ਮੈਂ ਗੁਰੂ ਮਹਾਰਾਜ ਦੇ ਚਰਨਾਂ 'ਚ ਆਹੀ ਅਰਦਾਸ ਕਰੂੰਗਾ ਕਿ ਸਰਦਾਰ ਅਵਤਾਰ ਸਿੰਘ ਨੰਬਰਦਾਰ ਜੀ ਵੱਡੇ ਬਜ਼ੁਰਗ ਬੈਠੇ ਹੈ, ਉਹਨਾਂ ਨੂੰ ਬਲ ਬਖਸ਼ੀ ਤਾਂ ਕਿ ਉਹ ਆਪਣੇ ਪਰਿਵਾਰ ਦਾ, ਆਪਣੇ ਪੋਤਰੇ ਦਾ, ਆਪਣੀ ਪੋਤੀ ਦਾ, ਉਹਨਾਂ ਦਾ, ਕਿਉਂਕਿ ਉਹ ਬੈਠੇ ਆ ਤਾਂ ਉਹਨਾਂ ਦੇ ਬੈਠਿਆਂ ਜੋ ਉਹਨਾਂ ਨੇ ਤਰੱਕੀ ਕਰਨੀ ਆ, ਜੋ ਉਹਨਾਂ ਨੇ ਹੌਸਲਾ ਦੇਣਾ, ਉਹ ਕੋਈ ਹੋਰ ਨਹੀਂ ਦੇ ਸਕਦਾ। ਸੋ ਮੈਂ ਪਰਿਵਾਰ ਵੱਲੋਂ ਹੁਕਮ ਹੋਇਆ, ਕਿਉਂਕਿ ਰਿਸ਼ਤੇਦਾਰੀ ਵੀ ਆ ਨੇੜੇ ਦੀ ਅਤੇ ਪਰਿਵਾਰਕ ਮੈਂਬਰ ਵੀ ਆਈ ਹੋਈ ਸਾਰੀ ਸੰਗਤ ਦਾ ਧੰਨਵਾਦ ਕਰਨਾ। ਸਿਆਣੇ ਕਹਿੰਦੇ ਵੀ ਦੁੱਖ ਵੰਡਾਇਆ ਘਟਦਾ ਅਤੇ ਖੁਸ਼ੀ ਵੰਡਾਇਆ ਵੱਧਦੀ ਹੈ। ਸੋ ਅੱਜ ਜਿੰਨੇ ਵੀ ਤੁਸੀਂ ਸਾਰੀ ਸੰਗਤ ਦੂਰੋਂ ਨੇੜਿਓਂ ਚੱਲ ਕੇ ਅੱਜ ਸਾਡੇ ਇਸ ਪਰਿਵਾਰ ਨਾਲ ਤੁਸੀਂ ਦੁੱਖ ਸਾਂਝਾ ਕਰਨਾ ਆ, ਤੁਹਾਡਾ ਹਰ ਚੱਲ ਸਾਡੇ ਕਿੰਨੀਆਂ ਰਾਹਾਂ ਤੋਂ ਤੁਸੀਂ ਚੱਲ ਕੇ ਆਏ ਹਾਂ, ਸਾਡੇ ਸਿਰ ਨਮਸਤਕ ਹੈ, ਕਿਉਂਕਿ ਤੁਹਾਡੇ ਆਉਣ ਨਾਲ ਸਾਡਾ ਦੁੱਖ ਘਟਿਆ। ਸੋ ਮੈਂ ਆਪਦੇ ਵੱਲੋਂ, ਆਪਣੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਵੱਲੋਂ, ਪਰਿਵਾਰ ਵੱਲੋਂ, ਮੈਂ ਆਪਣੇ ਭਰਾ ਨੂੰ, ਵੱਡੇ ਭਰਾ ਰਘਵੀਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਅਤੇ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦਾ ਵੀ ਪਰਮਾਤਮਾ ਇਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੀ ਅਤੇ ਪਿੱਛੇ ਸਾਰੇ ਹੀ ਪਰਿਵਾਰ ਨੂੰ ਪਾਣਾ ਮੰਡਲ ਦਾ ਬਲ ਬਖਸ਼ੀ। ਅਤੇ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਵੀ ਗੁਰੂ ਮਹਾਰਾਜ ਜੀ ਦਾ ਲੰਗਰ ਤਿਆਰ ਹੈ, ਸਾਰੀ ਸੰਗਤ ਨੇ ਲੰਗਰ ਛੱਕ ਕੇ ਜਾਣਾ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।